ਇਕ ਨਾ ਆਪਾਂ ਸਟੇਟਮੈਂਟ ਬਹੁਤ ਮੈਂ ਮੀ ਦਿਨਣਾ ਸਾਰੇ ਆਪਣੇ ਮੁੰਡੇ ਜਿੰਨੇ ਆਪਣੇ ਸਮਝਦੇ ਨੇ ਆਪਣੀ ਗੱਲਾਂ ਨੂੰ ਵਾਧੂ ਦਾ ਭਾਰ ਲਾਤਾ ਵਾਧੂ ਦਾ ਭਾਰ ਲਾਤਾ ਕਈ ਵਾਰੀ ਅਸੀਂ ਆਪਣੀਆਂ ਗੱਲਾਂ ਨੂੰ ਹੰਕਾਰ ਬਣਾ ਕੇ ਫਿਰ ਸਿਰ ਤੇ ਚੁੱਕ ਲੈਂਦੇ ਆ ਉਲਟ ਹੋ ਜਾਂਦਾ ਕੰਮ ਭਾਰ ਕਈ ਵਾਰੀ ਲੈਂਦਾ ਨਹੀਂ ਭਾਰ ਇੱਕ ਮੋਢੇ ਤੋਂ ਚੱਕ ਕੇ ਦੂਜੇ ਮੋਢੇ ਤੇ ਰੱਖਿਆ ਹੁੰਦਾ ਭਾਰ ਹੌਲਾ ਨਹੀਂ ਹੁੰਦਾ ਇਧਰੋਂ ਭਾਰ ਲਾਇਆ ਇਧਰ ਚੱਕ ਲਿਆ ਹੌਲਾ ਫੂਲਾ ਕੁਝ ਨਹੀਂ ਹੋਇਆ ਈਗੋ ਵੱਧ ਗਈ ਹੰਕਾਰ ਵੱਧ ਗਿਆ ਮੇਰੇ ਵਰਗਾ ਕਿਹੜਾ ਮੈਂ ਤੇ ਮੈਂ ਹੀ ਆ ਸਾਨੂੰ ਬਹੁਤ ਪਤਾ ਹੈ ਸਾਨੂੰ ਬਹੁਤ ਨੌਲੇਜ ਹੈ ਸਾਨੂੰ ਬਹੁਤ ਗਿਆਨ ਇਹਦੇ ਨਾਲ ਬਹੁਤ ਵੱਡੀਆਂ ਪ੍ਰੋਬਲਮਾਂ ਹੁੰਦੀਆਂ ਜਿਆਦਾ ਪ੍ਰੋਬਲਮਾਂ ਹੁੰਦੀਆਂ ਜਿਹੜਾ ਗਿਆਨੀ ਕਮਲਾ ਹੋ ਜੇ ਉਹ ਕਿੱਥੇ ਜਾਏਗਾ ਉਹ ਤੇ ਸਿਰੇ ਹੀ ਹੋ ਗਿਆ ਨਾ ਕੰਮ ਉਹ ਤਾਂ ਜਿਆਦਾ ਨੁਕਸਾਨ ਹੋ ਜਾਂਦਾ ਇਸੇ ਕਰਕੇ ਜਿਹੜਾ ਭਾਰਾ ਮਨ ਹੈ ਉਹ ਅਸ਼ਾਂਤ ਰਹਿੰਦਾ ਹੈ ਹਲਕਾ ਮਨ ਸ਼ਾਂਤ ਰਹਿੰਦਾ ਸੁਖੀ ਰਹਿੰਦਾ ਹਲਕਾ ਕਿਵੇਂ ਹੁੰਦਾ ਹੈ ਹਲਕੇ ਲਈ ਕੀ ਹਲਕੇ ਬੰਦੇ ਦੀ ਕੀ ਨਿਸ਼ਾਨੀ ਹੈ ਮਨ ਹਲਕਾ ਕਿਵੇਂ ਹੁੰਦਾ ਜਿੰਨਾ ਮਨ ਸ਼ੁਕਰਾਨੇ ਵਾਲਾ ਹੋਏਗਾ ਲੋਕਾਂ ਦੇ ਭਲਾ ਸੋਚਣ ਵਾਲਾ ਹੋਏਗਾ ਪਿਆਰ ਵਾਲਾ ਹੋਏਗਾ ਉਹਨਾਂ ਹੌਲਾ ਉਦੇ ਅੰਦਰ ਜਿਹੜੇ ਵਿਚਾਰਾਂ ਦਾ ਬੇਸ ਹੈ ਨਾ ਉਹਦਾ ਮੰਨ ਕੇ ਚੱਲੋ ਉਹਦੇ ਅੰਦਰ ਬਹੁਤ ਵਿਚਾਰ ਚੱਲਦੇ ਨੇ ਉਹਨਾਂ ਵਿਚਾਰਾਂ ਦੀ ਜਿਹੜੀ ਕੁਆਲਿਟੀ ਏ ਜੇ ਉਹਨਾਂ ਵਿਚਾਰਾਂ ਦੇ ਵਿੱਚ ਪਿਆਰ ਹੋਇਆ ਭਲਾ ਹੋਇਆ ਫਿਰ ਹਲਕਾ ਹੈ ਬਹੁਤ ਸੁਖ ਦੇਗਾ ਪਰ ਜੇ ਵਿਚਾਰਾਂ ਦੀ ਕੁਆਲਿਟੀ ਚੰਗੀ ਨਹੀਂ ਜਿਵੇਂ ਹੁਣ ਆਪਾਂ ਤੇਲ ਪਾਉਂਦੇ ਆ ਅਗਲਾ ਕਹਿੰਦੇ ਤੇ ਕੁਆਲਿਟੀ ਹੈਗੀ ਇਹ ਚੀਜ਼ ਦੀ ਕੁਆਲਿਟੀ ਵਧੀਆ ਹੋਵੇ ਤੁਹਾਡੇ ਵਿਚਾਰਾਂ ਦੀ ਕੁਆਲਿਟੀ ਕਿਦਾਂ ਦੀ ਹੈ ਜੇ ਹੁਣ ਈਗੋ ਚੋਂ ਨਿਕਲਦੇ ਨੇ ਹੰਕਾਰ ਨਫ਼ਰਤ ਜੈਲਸ ਉਹਨਾਂ ਚੀਜ਼ਾਂ ਦਾ ਬੜਾ ਫਰਕ ਹੈ ਆਉਣ ਵਾਲੇ ਦਿਨਾਂ 'ਚ ਤੁਸੀਂ ਫੀਲ ਕਰੋਗੇ ਕਿ ਸ਼ੁਕਰਾਨ ਤੁਸੀਂ ਹੁਣ ਅੱਜ ਤੋਂ ਸਟਾਰਟ ਕਰ ਦੇਣਾ ਆਪਾਂ ਤੁਹਾਡੀ ਬਾਡੀ ਨੇ ਦੱਸਣਾ ਹੈ ਵੀ ਮੇਰੇ ਉੱਤੇ ਤੇਰੇ ਸ਼ੁਕਰਾਨੇ ਵਾਲੇ ਵਿਚਾਰਾਂ ਦਾ ਕਿੱਡਾ ਅਸਰ ਹੁੰਦਾ ਜਦੋਂ ਤੂੰ ਕਿਸੇ ਦਾ ਸ਼ੁਕਰਾਨਾ ਕਰਦਾ ਮੈਂ ਕਿੰਨੀ ਵਾਰੀ ਕਹਿਣਾ ਹੁੰਦਾ ਦੇਖੋ ਕਲਪਸੀ ਨਵੀਂ ਸਵੇਰ ਦਾ ਨਵੇਂ ਸੁਨੇਹੇ ਵਿੱਚ ਵੀ ਸ਼ੁਕਰਾਨੇ 'ਚ ਜੀਆ ਕਰੋ ਸ਼ੁਕਰ ਹੈ ਬਾਡੀ ਮਿਲੀ ਹੈ ਸ਼ੁਕਰ ਹੈ ਸਾਹ ਮਿਲਿਆ ਹੈ ਸ਼ੁਕਰ ਹੈ ਤੇ ਬੱਚੇ ਮਿਲੇ ਹੈ ਸ਼ੁਕਰ ਹੈ ਆ ਹੁਣ ਮੈਂ ਇਹ ਗੱਲ ਸੁਣ ਰਹੇ ਹੋ ਨਾ ਤੁਸੀਂ ਕੱਲ ਮੈਂ ਚੱਲਦੇ ਕੈਂਪ ਚ ਇਹੀ ਲਫ਼ਜ਼ ਬੋਲੂ ਤੁਸੀਂ ਫਿਰ ਵੇਖਿਓ ਤੁਹਾਡੀ ਬਾਡੀ ਇਹਨਾਂ ਸ਼ਬਦਾਂ ਨੂੰ ਕਿੰਨਾ ਸੀਰੀਅਸ ਲੈਂਦੀ ਹੈ ਭਲੇ ਦੇ ਥਾਟ ਸ਼ੁਕਰਾਨੇ ਦੇ ਥਾਟ ਇਹਨੂੰ ਬਹੁਤ ਸੀਰੀਅਸ ਲੈਂਦੀ ਹੈ ਤੁਹਾਡੀ ਬਾਡੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਬਾਡੀ ਹੈ ਮੰਨ ਕੇ ਚੱਲੋ ਵੀ ਇਹ ਸਰੀਰ ਹੈ ਵੀ ਇਹ ਕਿਸੇ ਲੈਂਦਾ ਸੀਰੀਅਸ ਇਹ ਸੈੱਲ ਸੈੱਲ ਸੁਣਦਾ ਜਦੋਂ ਤੁਸੀਂ ਕੋਈ ਗੱਲ ਸੁਣਦੇ ਆ ਉਹ ਜਿਵੇਂ ਨਾ ਦੇਖੋ ਥਾਟ ਕ੍ਰੀਏਟ ਕਰਦੇ ਆ ਜਦੋਂ ਤੁਸੀਂ ਆਪਣੇ ਬ੍ਰੇਨ ਚ ਇਹ ਇਦਾਂ ਹੈ ਜਿਵੇਂ ਨਾ ਰੁਕੇ ਹੋਏ ਛੱਪੜ ਦੇ ਵਿੱਚ ਕਿਸੇ ਨੇ ਰੋੜੀ ਮਾਰੀ ਉਹਦਾ ਸਾਰੇ ਪਾਣੀ ਤੇ ਅਸਰ ਜਾਂਦਾ ਤੇ ਇਦਾਂ ਹੀ ਜਦੋਂ ਤੁਸੀਂ ਥਾਟ ਪੈਦਾ ਕਰਨਾ ਇਹ ਬਹੁਤ ਕੰਜਰ ਬੰਦਾ ਇਹਦਾ ਅਸਰ ਤੁਹਾਡੇ ਸੈੱਲ ਸੈੱਲ ਤੇ ਜਾਂਦਾ ਸੈਲ ਸੈਲ ਤੇ ਜਾਣਾ ਤੁਹਾਡੇ ਤੇ ਤੁਸੀਂ ਕਹਿਣਾ ਇਹਨੂੰ ਵੀ ਕਿਤੇ ਸ਼ਾਂਤੀ ਮਿਲ ਜੇ ਯਾਰੇ ਦਾ ਭਲਾ ਹੋਵੇ ਇਹਦਾ ਅਸਰ ਸੈਲ ਸੈਲ ਤੇ ਜਾਣਾ ਜਦੋਂ ਮੈਂ ਕਹਿਣਾ ਨਾ ਭਲਾ ਹੋਵੇ ਹੁਣ ਇਹਦਾ ਮਤਲਬ ਵੀ ਟਕਸਾਲੀ ਬੰਦਿਆਂ ਨੂੰ ਮਾਰਨ ਉਹਨਾਂ ਦਾ ਵੀ ਭਲਾ ਉਹਨਾਂ ਦਾ ਉਹਨਾਂ ਦਾ ਭਲਾ ਤਾਂ ਫੇਰ ਨਹੀਂ ਇਸ ਗੱਲ 'ਚ ਵੀ ਸ assi ਲੁੱਟিয়ে ਲੋਕਾਂ ਨੂੰ ਕਿਸੇ ਬੰਦੇ ਦਾ ਕਿਸੇ ਗੱਲ 'ਚ ਭਲਾ ਕਿਸੇ ਦਾ ਕਿਸੇ 'ਚ ਭਲਾ ਇਹਦਾ ਮਤਲਬ ਅਸੀਂ ਸਾਰਿਆਂ ਦਾ ਭਲਾ ਮੰਗਦੇ ਆਂ ਵੀ ਚੱਲ ਇਹਦਾ ਵੀ ਭਲਾ ਹੋਵੇ ਇਹਦਾ ਵੀ ਭਲਾ ਹੋਵੇ ਨਾ 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 ਮੇਰੇ ਭਲੇ ਕਹਿਣ ਦਾ ਮਤਲਬ ਹੈ ਜਿਵੇਂ ਮੈਨੂੰ ਸ਼ਾਂਤੀ ਮਿਲ ਰਹੀ ਹੈ ਕਿਤੇ ਇਹਨੂੰ ਵੀ ਅਕਲ ਆ ਜਾਏ ਇਹਨੂੰ ਵੀ ਸ਼ਾਂਤੀ ਮਿਲ ਜਾਏ। ਇਹ ਬੰਦਾ ਆਪਣੇ ਆਪ ਤੋਂ ਗਵਾਚਿਆ ਫਿਰਦਾ ਹੈ। ਇਹ ਬੰਦਾ ਨਾ ਨੇਕਰ ਆ ਘਰ ਆਓ ਇਹ ਘਰ ਛੱਡੀ ਫਿਰਦਾ ਆਪਣੇ। ਇਹ ਕਮਲਾ ਘਰ ਆਵੇ ਆਪਣੇ। ਇਹਨੂੰ ਘਰ ਲਿਆਉਣ ਦੀ ਪ੍ਰੈਕਟਿਸ ਆਹ ਆ ਜੇ ਕੈਂਪ ਨੂੰ ਪੁੱਛ ਕਹਿਣਾ ਹੋਵੇ ਵੀ ਕੈਂਪ ਚ ਕੀ ਕਰਨਾ ਹੈ ਘਰ ਲਿਆਉਣ ਦੀ ਪ੍ਰੈਕਟਿਸ। ਆਪਣੇ ਘਰ ਨਿਜ ਘਰ ਜਿਹੜਾ ਸਾਡਾ ਨਿਜੀ ਘਰ ਹੈ। ਇੱਕ ਸਾਡਾ ਘਰ ਹੈ ਹੁਣ ਤੁਸੀਂ ਕੋਈ ਪਟਿਆਲੇ ਘਰ ਹੈ ਕਿਸੇ ਦਾ ਕਿਸੇ ਦਾ ਮੁਕਤਸਰ ਘਰ ਹੈ ਕਿਸੇ ਦਾ ਦਿੱਲੀ ਘਰ ਹੈ ਤੁਹਾਡੇ ਸਾਰਿਆਂ ਦੇ ਚੰਡੀਗੜ੍ਹ ਘਰ ਹੈ ਸਭ ਦੇ ਘਰ ਨੇ ਘਰ ਨੂੰ ਬੰਦਾ ਕਿੰਨਾ ਮਿਸ ਕਰਦਾ ਹੈ ਮੇਰਾ ਘਰ ਮੇਰਾ ਘਰ ਪਰ ਉਹ ਘਰ ਨਹੀਂ ਸਾਡਾ ਆ ਘਰ ਹੈ ਸਾਡਾ ਪਹਿਲਾਂ ਸ਼ਰੀਰ ਤੇ ਸ਼ਰੀਰ ਦੀ ਚੇਤਨਾ ਸਾਡਾ ਮਨ ਮਨ ਇਹ ਸਾਡਾ ਘਰ ਹੈ ਮੈਂ ਚਾਉਂਦਾ ਕੈਂਪ ਦੇ ਵਿੱਚ ਵਿੱਚ ਤੁਸੀਂ ਇੱਕ ਵਾਰੀ ਆਪਣੇ ਘਰ ਜਿਹੜਾ ਮਾਰ ਚੋ ਇੱਕ ਕਰੀਂ ਵੇਖ ਲੋ ਆਪਣਾ ਘਰ ਵੀ ਆ ਮੇਰਾ ਘਰ ਹੈ ਮੇਰਾ ਆ ਟਿਕਾਣਾ ਹੈ ਇਹ ਮੇਰਾ ਘਰ ਹੈ ਹੁਣ ਇੰਨਾ ਗੰਦਾ ਹੈ ਕਿ ਸਾਡਾ ਘਰੇ ਵੜਨ ਨੂੰ ਜੀ ਨਹੀਂ ਕਰਦਾ ਜਿਹੜਾ ਘਰ ਗੰਦਾ ਹੋਵੇ ਉੱਥੇ ਵੜਨ ਨੂੰ ਥੋੜਾ ਜੀ ਕਰਦਾ ਬੰਦੇ ਦਾ ਹੁਣ ਤੁਸੀਂ ਅੱਖਾਂ ਬੰਦ ਕਰਦੇ ਸੀ ਪਹਿਲੇ ਦਿਨ ਜਮਾਈ ਬੜਨ ਨੂੰ ਜੀ ਨਹੀਂ ਸੀ ਕਰਦਾ ਖੋਲ ਯਾਰ ਅੱਖਾਂ ਕਿਹੜੇ ਚੱਕਰਾਂ ਚ ਪੱਤ ਮੈਂ ਇੱਥੇ ਬੈਠਾ ਸੀ ਐ ਐ ਐ ਵੀ ਮੇਰੀ ਅੱਖ ਵੀ ਮੈਂ ਕਮਲਾ ਮੈਨੂੰ ਪਤਾ ਨਹੀਂ ਲੱਗਦਾ ਐ ਅੱਛਾ ਉਹ ਉਹ ਕੀ ਕਰ ਰਹੇ ਆ ਅਸੀਂ ਵੀ ਅੰਦਰ ਅੰਦਰ ਵੜਨ ਨੂੰ ਜੀ ਨਹੀਂ ਕਰਦਾ ਐਨਾ ਗੰਦ ਹੈ ਕਮਾਲ ਹੈ ਤੁਸੀਂ ਸਫਾਈ ਕਰਨੀ ਹੈ ਮੈਂ ਨਹੀਂ ਕਰਨੀ ਤੁਸੀਂ ਕਰਨੀ ਹੈ ਆਪੇ ਹੀ ਤੁਸੀਂ ਕਰੀਗੇ 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 ਤੁਸੀਂ ਨਾ ਤਿੰਨ ਚਾਰ ਦਿਨਾਂ ਬਾਅਦ ਜਦੋਂ ਤੁਹਾਨੂੰ ਕਹਿਣਾ ਵੀ ਆਓ ਤੁਸੀਂ ਕਹਿਣਾ ਆਹ ਚਲੋ ਐਨਾ ਪਿਆਰਾ ਲੱਗਦਾ ਘਰ ਹੁਣ ਤੇਨੂੰ ਤੇਰਾ ਤੈਨੂੰ ਤੇਰਾ ਹੀ ਘਰ ਵਧੀਆ ਲੱਗਣ ਲੱਗ ਗਿਆ ਆਪਣਾ ਘਰ ਵਧੀਆ ਲੱਗਣ ਲੱਗ ਗਿਆ ਸੋ ساری ਜ਼ਿੰਦਗੀ ਕਿਸੇ ਦੇ ਘਰਾਂ ਚ ਬੜੇ ਰਹਿਨੇ ਆ ਆਪਣੇ ਘਰ ਆਓ ਇਹ ਸਾਡਾ ਘਰ ਹੈ ਇਹਦੇ ਚ ਟਿਕੋ ਤੇ ਜਦੋਂ ਅਸੀਂ ਇਹਨੂੰ ਸੁਖੀ ਕਰ ਲਿਆ ਨਾ ਬਹੁਤ ਜਿੰਨਾ ਮਰਜੀ ਦੁੱਖ ਹੋਵੇ ਗੁਰੂ ਸਾਹਿਬ ਨੇ ਜਿਹੜਾ ਕਿਹਾ ਸੀ ਨਾ ਸਭ ਕੁਝ ਕਰਮ ਹੈ ਬਾਹਰ ਨਹੀਂ ਬਾਹਰ ਟੋਲੇ ਸੋ ਭਰਮ ਪੁਲਾਹੀ ਕਿਤੇ ਬਹੁਤ ਭੁੱਲੇ ਫਿਰਦੇ ਨੇ ਜਿਹੜੇ ਬੰਦੇ ਬਾਹਰ ਲੱਭੀ ਜਾਂਦੇ ਅੰਦਰ ਨਜ਼ਾਰੇ ਹੁੰਦੇ ਨੇ ਅੰਦਰ ਆਨੰਦ ਹੁੰਦਾ ਜੇ ਬੰਦਾ ਅੰਦਰ ਨਿੱਜ ਘਰ ਵਿੱਚ ਆਪਣੇ ਘਰ ਨਿਜੀ ਨਿਜੀ ਘਰ ਵਿੱਚ ਸੁਖੀ ਏ ਫਿਰ ਭਾਵੇਂ ਬਾਹਰ ਤੁਸੀਂ ਜੰਗਾ ਛੇੜੀ ਫਿਰੋ ਜੋ ਮਰਜੀ ਕਰੀ ਫਿਰੋ ਆਪਣੇ ਆਪ ਨੂੰ ਰਿਲੈਕਸ ਸ਼ਾਂਤ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਜੇ ਘਰ ਸੁਖੀ ਏ ਤਾਂ ਹੀ ਬਾਹਰ ਚੰਗਾ ਲੱਗਦਾ ਨਹੀਂ ਤੇ ਬਾਹਰ ਵੀ ਚੰਗਾ ਨਹੀਂ ਲੱਗਦਾ ਜਿਹੜਾ ਬੰਦਾ ਖਿਜ ਖਿਜ ਪੈਂਦਾ ਹੈ ਦੁਖੀ ਦੁਖੀ ਰਹਿੰਦਾ ਹੈ ਹਰ ਵੇਲੇ ਪਰੇਸ਼ਾਨ ਰਹਿੰਦਾ ਹੈ ਦਾ ਅੰਦਰ ਖਰਾਬ ਹੋਇਆ ਬਾਹਰ ਥੋੜਾ ਖਰਾਬ ਹੋਇਆ ਬਾਹਰ ਤੇ ਸਭ ਕੁਝ ਠੀਕ ਹੀ ਹੈ ਇਹਦਾ ਅੰਦਰ ਖਰਾਬ ਹੋਇਆ ਠੀਕ ਅਸੀਂ ਅੰਦਰ ਨੂੰ ਕਰਨਾ ਹੈ ਆਪੇ ਨੂੰ ਸਵਾਰਨਾ ਜਦੋਂ ਆਪਾਂ ਸਬਰ ਗਿਆ ਫਿਰ ਐ ਲੱਗਣਾ ਵੀ ਹਾਏ ਹਾਏ ਹਾਏ